ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ ਗਾਇਜ਼, ਅੱਜ ਦੀ ਡਿਸ਼ ਹੈਗੀ ਆ ਸਾਡੇ ਕੋਲ, ਠੀਕ ਹੈ, ਦਾਲ ਮਾਸ਼ ਅਤੇ ਨਾਲ ਛੋਟਾ ਗੋਸ਼ਤ ਝਾਂਪਾਂ ਵਾਲਾ, ਠੀਕ ਹੈ। ਝਾਂਪਾਂ ਵਾਲਾ ਗੋਸ਼ਤ ਬਣਾਉਣ ਲੱਗੇ ਹਾਂ ਨਾਲ ਛੋਟਾ ਗੋਸ਼ਤ, ਠੀਕ ਹੈ, ਅਤੇ ਨਾਲ ਅਸੀਂ ਦਾਲ ਮਾਸ਼ ਬਣਾਉਣ ਲੱਗੇ ਹਾਂ ਸਫੇਦ ਬਗੈਰ ਸਿਲਕਿਆਂ ਤੋਂ, ਠੀਕ ਹੈ। ਇਹ ਡਿਸ਼ ਅਸੀਂ ਤਿਆਰ ਕਰਨ ਲੱਗੇ ਹਾਂ, ਰੈਸਪੀ ਤਿਆਰ ਕਰਨ ਲੱਗੇ ਹਾਂ, ਅਤੇ ਇਹਦਾ ਅੱਜ ਤਰੀਕਾਕਾਰ ਦੱਸਣੇ ਤੁਹਾਨੂੰ ਵੀ ਕਿਸ ਤਰ੍ਹਾਂ ਤਿਆਰ ਹੋਣੀ ਹੈ, ਠੀਕ ਹੈ। ਅਤੇ ਚਲੋ ਹੁਣ ਵੀਡੀਓ ਸ਼ੁਰੂ ਕਰੀਏ। ਅੱਛਾ ਜੀ, ਅੱਧਾ ਕਿਲੋ ਗੋਸ਼ਤ ਲੈ ਕੇ ਆਏ ਹਾਂ ਅਸੀਂ, ਠੀਕ ਹੈ, ਛੋਟਾ। ਇਹਨੂੰ ਧੋ ਰਹੇ ਹਾਂ ਹੁਣ ਅੱਛੇ ਤਰੀਕੇ ਨਾਲ, ਇਹਨੂੰ ਧੋਣਾ। ਇਹ ਲਾਤਾ ਹੁਣ ਪ੍ਰੈਸ਼ਰ ਦੇ ਵਿੱਚ, ਠੀਕ ਹੈ, ਅਤੇ ਇਹ ਆ ਗਏ ਨੇ ਮਸਾਲੇ, ਠੀਕ ਹੈ, ਟਮਾਟਰ, ਪਿਆਜ਼, ਹਰੀ ਮਿਰਚ, ਲਸਣ, ਅਦਰਕ, ਠੀਕ ਹੈ, ਇਹ ਸਾਰਾ ਕੁਝ ਇਹਦੇ ਵਿੱਚ ਪਾ ਦਿੱਤਾ। ਇੱਕ ਪਿਆਜ਼ ਸੀ, ਠੀਕ ਹੈ, ਦੋ ਟਮਾਟਰ ਸੀ, ਅਤੇ 5 ਤੋਂ 6 ਮਿਰਚਾਂ ਜਿਹੜੀਆਂ ਹਰੀਆਂ ਸੀ, ਠੀਕ ਹੈ, ਉਹ ਕੱਟ ਕੇ ਅਤੇ ਇਹਦੇ ਵਿੱਚ ਲਾ ਦਿੱਤੀਆਂ ਨੇ। ਇਹ ਨਮਕ ਆ ਗਿਆ 1.5 ਚਮਚ, 1.5 ਚਮਚ ਨਮਕ, 2 ਚਮਚ ਹਲਦੀ, 2 ਚਮਚ ਹਲਦੀ ਅਤੇ 2 ਚਮਚ ਮਿਰਚ ਸੁਰਖ, ਇਹ 2 ਗਲਾਸ ਪਾਣੀ ਦੇ ਲਾ ਦਿੱਤੇ ਨੇ, ਠੀਕ ਹੈ, ਛੋਟੇ ਵਾਲੇ ਗਲਾਸ ਜਿਹੜੇ ਆ ਨਾ ਸ਼ੀਸ਼ੇ ਦੇ ਛੋਟੇ ਵਾਲੇ, ਇਹ ਵਾਲੇ, ਇਹ 2 ਗਲਾਸ ਪਾਣੀ ਦੇ ਲਾਏ, ਇਹ ਅੱਗ ਲਾ ਕੇ ਅਤੇ ਇਹ ਪ੍ਰੈਸ਼ਰ ਰੱਖ ਦਿੱਤਾ ਜੀ ਉੱਤੇ, ਠੀਕ ਹੈ ਜੀ। ਇਹਨੂੰ ਹੁਣ ਪ੍ਰੈਸ਼ਰ ਲਾਉਂਦੇ ਹਾਂ ਜਦੋਂ ਗੋਸ਼ਤ ਗਲਦਾ ਹੈ, ਅਤੇ ਨਾਲ ਹੀ ਫਿਰ ਅਗਲਾ ਤਰੀਕਾਕਾਰ ਤੁਹਾਨੂੰ ਦੱਸਦੇ ਹਾਂ ਵੀ ਕੀ ਕਰਨਾ। ਲਓ ਜੀ ਵੇਖੀਏ, ਹੁਣ ਚੈੱਕ ਕਰੀਏ ਭਲਾ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਕਿਆ ਬਾਤ, ਜ਼ਬਰਦਸਤ ਹੋ ਗਿਆ ਜੀ। ਲਓ ਜੀ ਘਿਓ ਇਹਦੇ 'ਚ, ਲਓ ਜੀ 1 ਪਾਓ ਘਿਓ ਜਿਹੜਾ ਨਾ ਪੂਰਾ ਲਾ ਦਿੱਤਾ, 1 ਪਾਓ। ਲਓ ਜੀ 1 ਪਾ ਘਿਓ ਲਾ ਕੇ ਅਤੇ ਇਹਨੂੰ ਹੁਣ ਅਸੀਂ ਭੁੰਨ ਲਾਉਣ ਲੱਗੇ ਹਾਂ, ਠੀਕ ਹੈ। ਲਓ ਜੀ ਇਹ ਹੈਗੀ ਆ ਦਾਲ ਮਾਸ਼, ਠੀਕ ਹੈ, ਅੱਧਾ ਘੰਟਾ ਅਸੀਂ ਪਹਿਲੇ ਭਿਉਂ ਕੇ ਦਾਲ ਰੱਖ ਲਈ ਹੈ, ਅਤੇ ਹੁਣ ਅਸੀਂ ਲਾਉਣ ਲੱਗੇ ਹਾਂ ਦਾਲ ਗੋਸ਼ਤ ਦੇ ਵਿੱਚ। ਇਹ ਆ ਗਈ ਹੁਣ ਦਾਲ ਗੋਸ਼ਤ ਦੇ ਵਿੱਚ, ਚਲੋ ਜੀ। ਇਹ ਸਾਰੀ ਦਾਲ, 1/2 ਕਿਲੋ ਦਾਲ ਸੀ, 1/2 ਕਿਲੋ ਗੋਸ਼ਤ, ਇਹਨੂੰ ਹੁਣ ਲਾਵਾਂਗੇ, ਕਿਉਂਕਿ 1/2 ਘੰਟਾ 10 ਮਿੰਟ ਸੀਟੀ ਲਾਈ ਹੈ ਅਸੀਂ ਛੋਟੇ ਗੋਸ਼ਤ ਨੂੰ, ਠੀਕ ਹੈ, ਤਾਂ ਕਿ ਅੱਧ ਕੱਚ ਹੋਇਆ ਉਹ, ਹੁਣ 10 ਮਿੰਟ ਸੀਟੀ, 5 ਮਿੰਟ ਸੀਟੀ ਇਹਨੂੰ ਦਾਲ ਮਾਸ਼ ਨੂੰ ਲਾਵਾਂਗੇ, ਠੀਕ ਹੈ ਜੀ, ਤਾਂ ਕਿ ਜਿਹੜੀ ਕਸਰ ਛੋਟੇ ਗੋਸ਼ਤ ਦੀ ਆ ਉਹ ਦਾਲ ਨਾਲ ਨਿਕਲ ਜਾਏਗੀ ਜੀ, ਪੂਰੀ ਹੋ ਜਾਏਗੀ। ਇਹ ਲੱਗਣ ਲੱਗਾ ਹੁਣ ਫੇਰ ਵੇਟ ਇਹਨੂੰ, ਇਹ ਠੀਕ ਹੈ ਜੀ, ਵੇਟ ਲੱਗ ਗਿਆ ਇਹਨੂੰ ਫੇਰ, ਮਾਸ਼ਾਅੱਲਾ ਜੀ, ਸੁਬਹਾਨ ਅੱਲਾ। ਇਹ ਭਾਈ ਜੀ ਹੁਣ ਲਾ ਦਿੱਤਾ ਜੀ ਉੱਤੇ ਗਰਮ ਮਸਾਲਾ, ਠੀਕ ਹੈ। ਇਹ ਹੁਣ ਧਨੀਆ ਕੱਟ ਕੇ ਲਾ ਰਹੇ ਹਾਂ ਇਸ ਵਿੱਚ, ਠੀਕ ਹੈ ਜੀ। ਆਏ ਹਾਏ ਹਾਏ ਹਾਏ, ਕਿਆ ਬਾਤ ਆ, ਖੁਸ਼ਬੋਦਾਰ ਧਨੀਆ ਆ ਗਿਆ ਜੀ। ਲਓ ਜੀ ਭਾਈ ਜੀ, ਜ਼ਬਰਦਸਤ ਹੋ ਗਿਆ।
ਲਓ ਜੀ, ਕਿਆ ਬਾਤ, ਮਾਸ਼ਾਅੱਲਾ ਜੀ ਮਾਸ਼ਾਅੱਲਾ, ਜ਼ਬਰਦਸਤ ਹੋ ਗਿਆ। ਵਾਓ ਵਾਓ ਖੁਸ਼ਬੂਆਂ, ਜ਼ਬਰਦਸਤ ਆਲਾ ਕਿਸਮ ਦੀ ਦਾਲ ਅਤੇ ਗੋਸ਼ਤ ਤਿਆਰ ਹੋਇਆ ਜੀ। ਠੀਕ ਹੈ, ਮਟਨ ਗੋਸ਼ਤ ਪਾਇਆ ਵਿੱਚ ਅਤੇ ਉੱਤੋਂ ਮਾਸ਼ ਦਾਲ ਹੋਏ, ਅਤੇ ਫਿਰ ਮਜ਼ੇ ਤਾਂ ਫਿਰ ਆਪਣੇ ਹੀ ਆਉਣੇ ਹਨ। ਕਿਆ ਬਾਤ ਹੈ ਜੀ ਮਾਸ਼ਾਅੱਲਾ। ਲਓ ਜੀ ਮਾਸ਼ਾਅੱਲਾ, ਇਹ ਵੇਖੋ ਦਾਲ ਕਿੱਡੀ ਪਿਆਰੀ ਬਣੀ ਹੈ ਅਤੇ ਕਿੱਡੀ ਮਜ਼ੇਦਾਰ ਬਣੀ ਹੈ। ਠੀਕ ਹੈ ਜੀ, ਅਤੇ ਬਹੁਤ ਹੀ ਜ਼ਾਇਕੇਦਾਰ, ਹਰੀਆਂ ਮਿਰਚਾਂ ਦਾ ਜ਼ਾਇਕਾ ਆਪਣਾ, ਧਨੀਏ ਦਾ ਜ਼ਾਇਕਾ ਹੈ ਆਪਣਾ, ਉੱਤੋਂ ਛੋਟਾ ਗੋਸ਼ਤ, ਉੱਤੋਂ ਮਾਸ਼ ਦਾਲ। ਠੀਕ ਹੈ, ਅਤੇ ਪਲੀਜ਼ ਸਾਡੇ ਚੈਨਲ 'ਤੇ ਨਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ ਅਤੇ ਕਮੈਂਟ ਕਰੋ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਸਾਡੀ ਹਰ ਜਿਹੜੀ ਨਵੀਂ ਵੀਡੀਓ ਆਉਣ ਵਾਲੀ ਹੈ ਤੁਹਾਡੇ ਤੱਕ ਪਹੁੰਚ ਸਕੇ। ਅਤੇ ਲਓ ਹੁਣ ਤੁਹਾਨੂੰ ਚੈੱਕ ਕਰਕੇ ਦੱਸੀਏ ਕਿ ਕੈਸੀ ਬਣੀ ਹੈ। ਕਮਾਲ ਹੋ ਗਿਆ ਜੀ, ਕਮਾਲ ਹੋ ਗਿਆ, ਬਹੁਤ ਹੀ ਮਜ਼ੇਦਾਰ ਬਣੀ ਹੈ। ਯਕੀਨ ਕਰੋ ਜਿਸ ਤਰੀਕੇ ਨਾਲ ਬਣਾਈ ਹੈ ਐਸੇ ਤਰੀਕੇ ਨਾਲ ਹੀ ਤੁਸੀਂ ਬਣਾਉਣੀ ਹੈ। ਠੀਕ ਹੈ, ਅਤੇ ਹੁਣ ਸਾਡੀ ਅਗਲੀ ਵੀਡੀਓ 'ਚ ਮੁਲਾਕਾਤ ਹੋਏਗੀ। ਅੱਲਾ ਹਾਫਿਜ਼, ਖੁਦਾ ਹਾਫਿਜ਼।